ਸਤਿ ਸ੍ਰੀ ਅਕਾਲ। ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ। ਇੱਕ ਸਰਕਾਰਾਂ ਸਾਡਾ ਬੜਾ ਨਾਰਾ ਦਿੰਦੀਆਂ ਨੇ, ਰਾਈਟ ਟੂ ਐਜੂਕੇਸ਼ਨ, ਹਰ ਬੱਚੇ ਨੂੰ ਸਿੱਖਿਆ ਦਾ ਅਧਿਕਾਰ ਹੈ। ਖਾਸ ਤੌਰ ਤੇ ਸਾਡੇ ਉਹਨਾਂ ਬੱਚਿਆਂ ਨੂੰ ਜਿਹੜੇ ਸਕੂਲਾਂ ਤੱਕ, ਕਾਲਜਾਂ, ਯੂਨੀਵਰਸਿਟੀਆਂ ਤੱਕ ਨਹੀਂ ਪਹੁੰਚ ਪਾਉਂਦੇ, ਉਹਨਾਂ ਦੇ ਲਈ ਵੱਖ ਵੱਖ ਸਕੀਮਾਂ ਚਲਾਈਆਂ ਜਾਂਦੀਆਂ। ਇਸੇ ਮੁੱਦੇ ਨੂੰ ਲੈ ਕੇ ਅੱਜ ਅਸੀਂ ਮੁੱਦੇ ਦੀ ਗੱਲ ਦੇ ਵਿੱਚ ਚਰਚਾ ਕਰਾਂਗੇ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਚੁਣੀ ਗਈ ਸੀ, ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਬੜਾ ਅਕਸਰ ਸੜਕਾਂ ਦੇ ਕੰਢੇ ਫਲੈਕਸਾਂ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ, ਟੀਵੀ ਚੈਨਲਾਂ ਦੇ ਉੱਪਰ ਰੌਲਾ ਪਾਉਂਦੇ ਨੇ, ਇਹ ਦੱਸਦੇ ਨਜ਼ਰ ਆਉਂਦੇ ਨੇ ਕਿ ਜਿਹੜੀ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਉਂਦੀ ਹੈ, ਅਸੀਂ ਸਿੱਖਿਆ ਦਾ ਇੱਕ ਮਾਡਲ ਹੈ ਉਹ ਅਸੀਂ ਪੇਸ਼ ਕੀਤਾ। ਅਕਸਰ ਪੁਰਾਣੇ ਸਕੂਲਾਂ ਦੇ ਉੱਪਰ ਨਵੇਂ ਪੇਂਟ ਮਾਰ ਕੇ, ਉਹਨਾਂ ਦੇ ਨਾਮ ਬਦਲ ਕੇ, ਇੱਕ ਨਵੇਂ ਕ੍ਰਾਂਤੀ ਲੈ ਕੇ ਆਉਂਦੇ ਸਾਨੂੰ ਦਿਖਾਈ ਦਿੰਦੇ ਨੇ। ਪੜ੍ਹਨਾ ਸਭ ਦਾ ਅਧਿਕਾਰ ਹੈ ਤੇ ਇਸ ਨੂੰ ਕਿਸੇ ਨੂੰ ਵੀ ਰੋਕਣਾ ਨਹੀਂ ਚਾਹੀਦਾ, ਚਾਹੇ ਉਹ ਕੋਈ ਵੀ ਸਰਕਾਰ ਹੋਵੇ, ਵਿਅਕਤੀ ਹੋਵੇ, ਅਧਿਕਾਰੀ ਹੋਵੇ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਬਾਰੇ, ਉਸ ਮੁੱਦੇ ਦੇ ਬਾਰੇ ਜਿਹੜਾ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਦੇ ਉੱਪਰ ਆਣ ਕੇ ਪ੍ਰਸ਼ਨ ਚਿੰਨ੍ਹ ਖੜਾ ਹੋ ਗਿਆ। ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਹਨੇਰੇ ਦੇ ਵੱਲ ਅਗਰਸਰ ਹੋ ਗਿਆ। ਪੰਜਾਬ ਦੀ ਅਸੀਂ ਵਾਰ ਵਾਰ ਰੌਲਾ ਪਾਉਂਦੇ ਸਿੱਖਿਆ ਕ੍ਰਾਂਤੀ, ਸਿੱਖਿਆ ਕ੍ਰਾਂਤੀ ਕੀ? ਸਿੱਖਿਆ ਕ੍ਰਾਂਤੀ ਕੀ? ਪੰਜਾਬ ਦੇ ਕਾਲਜਾਂ ਦੇ ਵਿੱਚ ਸਹਾਇਕ ਪ੍ਰੋਫੈਸਰਾਂ ਦੀਆਂ ਨਿਯੁਕਤੀਆਂ ਹੋਈਆਂ ਕਿ? ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੂਰੇ ਅਧਿਆਪਕ ਹਨ? ਇਹ ਬੜਾ ਵੱਡਾ ਸਵਾਲ ਹੈ ਤੇ ਸਵਾਲ ਦਾ ਜਵਾਬ ਕੀ ਹੈ ਉਹ ਤੁਹਾਨੂੰ ਸਭ ਨੂੰ ਪਤਾ। ਸਾਡੇ ਅਧਿਆਪਕ ਆਪਣੇ ਸਕੂਲਾਂ ਕਾਲਜਾਂ ਚ ਨਹੀਂ ਬਲਕਿ ਮੁੱਖ ਮੰਤਰੀ ਆਵਾਜ਼ ਦੇ ਬਾਹਰ, ਸਿੱਖਿਆ ਮੰਤਰੀ ਦੇ ਆਵਾਜ਼ ਦੇ ਬਾਹਰ ਧਰਨਿਆਂ ਦੇ ਵਿੱਚ ਪੁਲਿਸ ਦੇ ਹੱਥੋਂ ਮਾਰ ਖਾਂਦੇ ਦਿਖਾਈ ਦੇ ਦਿੰਦੇ। ਕਿ ਇਹੀ ਹੈ ਸਿੱਖਿਆ ਕ੍ਰਾਂਤੀ? ਸਭ ਤੋਂ ਵੱਡਾ ਮੁੱਦਾ ਅਸੀਂ ਜਿਹੜਾ ਅੱਜ ਡਿਸਕਸ ਕਰਾਂਗੇ ਉਹ ਇਹ ਹੈ ਕਿ ਜਿਹੜੀ ਸਾਡੀ ਰਾਜ ਸਰਕਾਰ ਉਹ ਰੌਲਾ ਪਾਉਂਦੀ ਹੈ ਕਿ ਕੇਂਦਰ ਸਰਕਾਰ ਨੇ ਸਾਡੇ ਫੰਡ ਰੋਕ ਦਿੱਤੇ, ਸਾਨੂੰ ਫੰਡ ਦਿੱਤੇ ਨਹੀਂ, ਅਕਸਰ ਰੌਲਾ ਪਾਉਂਦੀ ਦਿਖਾਈ ਦਿੰਦੀ ਹੈ ਤੇ ਕਦੀ ਮਾਣਯੋਗ ਗਵਰਨਰ ਦੇ ਨਾਲ ਉਹਨਾਂ ਦੀ ਇੱਕ ਜਿਹੜੀ ਟਸਲ ਹੈ, ਉਹ ਇੱਕ ਉਹਨਾਂ ਦੀ ਲੜਾਈ ਹੈ, ਉਹ ਚੱਲਦੀ ਰਹਿੰਦੀ ਹੈ। ਇਹਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਵਾਕਈ ਕੇਂਦਰ ਸਰਕਾਰ ਨੇ ਜਿਹੜਾ ਹੈਗੀ ਹੈ ਕਿ ਹੁਣ SC ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਜਿਹੜੀ ਰਕਮ ਹੈ, ਰਾਸ਼ੀ ਹੈ, ਉਹ ਰੋਕ ਲਈ ਹੈ? ਕਿ ਕੇਂਦਰ ਸਰਕਾਰ ਸਾਡੇ SC ਭਾਈਚਾਰੇ ਦੇ ਵਿਦਿਆਰਥੀਆਂ ਦੇ ਜਿਹੜੇ ਜੀਵਨ ਨੂੰ ਦਾਅ ਤੇ ਲਾ ਰਹੀ ਹੈ ਕਿ ਉਹ ਨਹੀਂ ਚਾਹੁੰਦੀ ਕਿ ਸਾਡੇ SC ਭਾਈਚਾਰੇ ਜਿਹੜੇ ਧੀਆਂ ਪੁੱਤ ਨੇ, ਸਾਡੇ ਬੱਚੇ ਨੇ, ਉਹ ਪੜ੍ਹਨ? ਭਗਵੰਤ ਮਾਨ ਸਰਕਾਰ ਦੇ, ਭਗਵੰਤ ਮਾਨ ਸਰਕਾਰ ਦੇ ਅਧਿਕਾਰੀਆਂ ਦੇ ਬਿਆਨਾਂ ਤੋਂ ਤਾਂ ਕੁਛ ਅਜਿਹਾ ਹੀ ਲੱਗਦਾ। ਇਸ ਮੁੱਦੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕੋਈ ਵੀ ਸਰਕਾਰ ਹੁੰਦੀ ਹੈ, ਸੂਬਾ ਸਰਕਾਰ ਹੈ ਜਾਂ ਦੇਸ਼ ਦੀ ਸਰਕਾਰ, ਉਹ ਦੋਨੇ ਮਿਲ ਕੇ ਕੁਛ ਯੋਜਨਾਵਾਂ ਚਲਾਉਂਦੇ ਨੇ ਕੁਛ ਅਨੁਪਾਤ ਦੇ ਨਾਲ ਕਿ ਇੰਨੀ ਰਾਸ਼ੀ ਅਸੀਂ ਦੇਵਾਂਗੇ, ਬਾਕੀ ਰਾਸ਼ੀ ਤੁਸੀਂ ਦਿਓ।
ਹੁਣ ਕੇਂਦਰ ਸਰਕਾਰ ਨੇ 930 ਕਰੋੜ ਰੁਪਏ ਦੀ ਜਿਹੜੀ ਐਸਸੀ ਸਕਾਲਰਸ਼ਿਪ ਹੈ ਉਹਦੀ ਰਾਸ਼ੀ ਹੈ ਰੋਕ ਲਈ ਹੈ। ਇਸ ਦਾ ਬੜਾ ਹੱਲਾ ਮਚਾਇਆ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਦੇ ਵੱਲੋਂ, ਪਰ ਅਸਲ ਸੱਚਾਈ ਕੀ ਹੈ? ਅਸਲ ਸੱਚਾਈ ਜਿਹੜੀ ਜਾਣਨੀ ਉਹ ਇਹ ਜ਼ਰੂਰੀ ਹੈ ਕਿ ਜਿਹੜੀ 40% ਦੀ ਰਾਸ਼ੀ ਹੈ ਜਿਹੜੀ ਸੂਬਾ ਸਰਕਾਰ ਨੇ ਦੇਣੀ ਸੀ, ਯਾਨੀ ਕਿ ਪੰਜਾਬ ਸਰਕਾਰ ਨੇ ਦੇਣੀ ਸੀ, ਉਹ ਸੂਬਾ ਸਰਕਾਰ ਨੇ ਨਹੀਂ ਦਿੱਤੀ। ਕੁਝ ਸਮੇਂ ਤੱਕ ਕੇਂਦਰ ਸਰਕਾਰ ਆਪਣੇ ਹਿੱਸੇ ਦੀ ਰਾਸ਼ੀ ਭੇਜਦੀ ਰਹੀ ਹੈ, ਪਰ ਉਹ ਰਾਸ਼ੀ ਕਿੱਥੇ ਗਈ? ਕਿੰਨਾ ਦੀਆਂ ਜੇਬਾਂ ਦੇ ਵਿੱਚ ਗਈ, ਕਿੰਨਾ ਦੇ ਖਾਤਿਆਂ ਦੇ ਵਿੱਚ ਗਈ, ਇਸ ਦੇ ਬਾਰੇ ਕੋਈ ਚਰਚਾ ਨਹੀਂ ਕਰਦਾ। ਬਹੁਤ ਸਾਰੇ ਵੱਖ ਵੱਖ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੇ ਵਿੱਚ ਧਾਂਦਲੀਆਂ ਹੋਈਆਂ ਨੇ, ਬਹੁਤ ਸਾਰੇ ਮੰਤਰੀਆਂ ਨੇ, ਬਹੁਤ ਸਾਰੇ ਉਹਨਾਂ ਦੇ ਪਰਸਨਲ ਅਸਿਸਟੈਂਟਸ ਨੇ, ਬਹੁਤ ਸਾਰੇ ਅਧਿਕਾਰੀਆਂ ਦੇ ਨਾਲ ਮਿਲ ਕੇ ਇਹ ਜਿਹੜੀ ਰਾਸ਼ੀ ਹੈ ਉਹ ਗਬਨ ਕੀਤੀ ਗਈ ਹੈ। ਜਦੋਂ ਰਾਜ ਸਰਕਾਰ ਨੇ ਆਪਣੇ ਹਿੱਸੇ ਦੀ ਰਾਸ਼ੀ ਨਹੀਂ ਦਿੱਤੀ, ਨਹੀਂ ਖਰਚੀ, ਉਲਟਾ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਰਾਸ਼ੀ ਆ ਰਹੀ ਸੀ ਉਹਦੇ ਵਿੱਚ ਵੀ ਧਾਂਦਲੀਆਂ ਸ਼ੁਰੂ ਹੋ ਗਈਆਂ, ਤਾਂ ਕੇਂਦਰ ਸਰਕਾਰ ਨੇ ਉਹ ਰਾਸ਼ੀ ਫੌਰਨ ਤੌਰ ਤੇ ਰੋਕ ਦਿੱਤੀ ਹੈ, ਉਹਨਾਂ ਨੇ ਜਾਰੀ ਨਹੀਂ ਕੀਤੀ। ਹੁਣ ਗੱਲ ਇਹ ਹੈ ਕਿ ਵਾਕਈ ਕੇਂਦਰ ਸਰਕਾਰ ਹੈ ਜਿਹੜੀ ਉਹ ਵਿਤਕਰਾ ਕਰ ਰਹੀ ਪੰਜਾਬ ਸਰਕਾਰ ਦੇ ਨਾਲ, ਕਿਉਂਕਿ ਇਹ ਵਿਰੋਧੀ ਪਾਰਟੀਆਂ ਨੇ ਇੱਕ ਦੂਜੇ ਦੀ ਇਸ ਕਰਕੇ ਕੇਂਦਰ ਸਰਕਾਰ ਨੇ ਉਹਨਾਂ ਦੇ ਫੰਡ ਰੋਕ ਲਏ? ਨਹੀਂ, ਗੱਲ ਇੱਦਾਂ ਦੀ ਨਹੀਂ ਹੈ। ਪੰਜਾਬ ਨੂੰ ਛੱਡ ਕੇ ਬਾਕੀ ਸਾਡੇ ਕੋਲ ਜਿੰਨੇ ਵੀ ਸੂਬੇ ਨੇ, ਚਾਹੇ ਉਹਨਾਂ ਦੇ ਵਿੱਚ ਬੰਗਾਲ ਆਉਂਦਾ ਹੈ, ਚਾਹੇ ਕਰਨਾਟਕਾ ਹੈ, ਚਾਹੇ ਜੰਮੂ ਕਸ਼ਮੀਰ ਹੈ, ਚਾਹੇ ਦੱਖਣ ਭਾਰਤ ਦੇ ਜਿੰਨੇ ਵੀ ਸਾਡੇ ਰਾਜ ਨੇ, ਸਭ ਦੇ ਜਿਨ੍ਹਾਂ ਦੇ ਵਿੱਚ ਗੈਰ ਭਾਜਪਾਈ ਸਰਕਾਰਾਂ ਨੇ, ਉਹਨਾਂ ਦੀ ਕਿਸੇ ਦੀ ਵੀ ਰਾਸ਼ੀ ਜਿਹੜੀ ਹੈ ਉਹ ਕੇਂਦਰ ਸਰਕਾਰ ਨੇ ਨਹੀਂ ਰੋਕੀ, ਸਭ ਨੂੰ ਉਹਨਾਂ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਫਿਰ ਸਰਕਾਰ ਨੇ ਉਹਨਾਂ ਨੂੰ ਰਾਸ਼ੀ ਕਿਵੇਂ ਦੇ ਦਿੱਤੀ? ਕਿਉਂਕਿ ਉਹਨਾਂ ਸੂਬਿਆਂ ਨੇ ਆਪਦੇ ਸੂਬੇ ਦੇ ਬੱਚਿਆਂ ਦੇ ਭਵਿੱਖ ਦੇ ਲਈ ਜਿਹੜੀ ਤੈਅ ਰਾਸ਼ੀ ਸੂਬਾ ਸਰਕਾਰ ਵੱਲੋਂ ਸੀ ਉਹ ਲਗਾਈ ਹੈ, ਪਰ ਪੰਜਾਬ ਦੇ ਵਿੱਚ ਅਜਿਹਾ ਨਹੀਂ ਹੋਇਆ, ਇਸ ਕਰਕੇ ਕੇਂਦਰ ਨੇ ਉਹ ਰਾਸ਼ੀ ਰੋਕ ਲਈ। ਸੋ ਵੱਡਾ ਸਵਾਲ ਤਾਂ ਸਾਡੀ ਪੰਜਾਬ ਸਰਕਾਰ ਦੇ ਉੱਪਰ, ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਉੱਪਰ ਕਿ ਉਹ ਸਾਡੇ ਐਸੀ ਭਾਈਚਾਰੇ ਦੇ ਵਿਦਿਆਰਥੀਆਂ ਦਾ, ਸਾਡੇ ਬੱਚਿਆਂ ਦਾ ਪੈਸਾ ਗਿਆ ਕਿੱਥੇ? ਕਰੋੜਾਂ ਕਰੋੜਾਂ ਰੁਪਈਏ ਤੁਸੀਂ ਰੈਲੀਆਂ ਤੇ ਲਗਾ ਦਿੰਦੇ ਹੋ, ਹੈਲੀਕਾਪਟਰ ਦੇ ਝੂਟਿਆਂ ਤੇ ਲਗਾ ਦਿੰਦੇ ਹੋ, ਫਲੈਕਸਾਂ ਦੇ ਉੱਪਰ ਖਰਚ ਕਰ ਦਿੰਦੇ ਹੋ, ਪਰ ਸਾਡੇ ਵਿਦਿਆਰਥੀਆਂ ਦੇ ਭਵਿੱਖ ਦੇ ਲਈ ਜਿਹੜਾ ਪੈਸਾ ਸੀ ਉਹ ਤੁਹਾਡੇ ਕੋਲ ਬਿਲਕੁਲ ਨਹੀਂ ਨਿਕਲਦਾ। ਸੂਬਾ ਸਰਕਾਰ ਦੇ ਲਈ 240 ਕਰੋੜ ਰੁਪਏ ਜਿਹੜੀ ਰਾਸ਼ੀ ਹੈ ਉਹ ਕਿੱਡੀ ਕੁ ਵੱਡੀ ਹੈ? ਕੋਈ ਖਾਸ ਵੱਡੀ ਨਹੀਂ, ਇਦੂ ਵੱਡੀ ਰਾਸ਼ੀ ਤੁਸੀਂ ਪੈਟਰੋਲ ਦੇ ਬਿੱਲਾਂ 'ਚ ਤੁਸੀਂ ਇੱਕ ਇੱਕ ਚਾਹ ਸਮੋਸੇ 'ਚ ਉਡਾ ਦਿੰਦੇ ਹੋ। ਸੋ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਸਾਡਾ ਸਿੱਖਿਆ ਮਾਡਲ ਹੈ ਤੁਹਾਡਾ? ਅਸੀਂ ਪੰਜਾਬ ਦੇ ਜਿਹੜੇ ਕੁਛ ਸਾਡੇ ਵਿਦਿਆਰਥੀ ਜਿਨ੍ਹਾਂ ਕੋਲ ਪੈਸਾ ਸੀ ਉਹ ਪੰਜਾਬ ਦੇ ਸਕੂਲਾਂ ਨੂੰ ਛੱਡ ਕੇ ਬਾਹਰ ਵਿਦੇਸ਼ੀ ਕੰਟਰੀਆਂ ਦੇ ਵਿੱਚ ਚਲੇ ਗਏ, ਪੜ੍ਹਨ ਚਲੇ ਗਏ, ਤੇ ਜਿਹੜੇ ਨਹੀਂ, ਜਿਨ੍ਹਾਂ ਕੋਲ ਪੈਸਾ, ਜਿਹੜੇ ਇੱਥੇ ਪੰਜਾਬ 'ਚ ਰਹਿ ਕੇ ਪੜ੍ਹਨਾ ਚਾਹੁੰਦੇ ਨੇ, ਜਿਹੜੇ ਸਾਡੇ ਪੰਜਾਬ ਨੂੰ ਬਚਾ ਸਕਦੇ ਨੇ, ਤੇ ਉਹਨਾਂ ਤੁਸੀਂ ਪੜ੍ਹਾਉਣਾ ਹੀ ਨਹੀਂ ਚਾਹੁੰਦੇ, ਤੁਸੀਂ ਉਹਨਾਂ ਦਾ ਭਵਿੱਖੀ ਰੋਲ ਦਿੱਤਾ। ਬੀਤੇ ਜੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਇੰਨੇ ਸਾਡੇ ਅਧਿਆਪਕ ਨੇ, ਅਸੀਂ 5 ਅਸੀਂ 100-150 ਜਿਹੜੇ ਸਾਡੇ ਅਧਿਆਪਕ ਨੇ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਜੀ ਟੀਚਿੰਗ ਲੈਣ ਵਾਸਤੇ, ਅੱਛੀ ਗੱਲ ਹੈ,
ਉਹ ਟੀਚਿੰਗ ਲੈ ਆਏ ਉੱਥੋਂ, ਤੁਸੀਂ ਭੇਜਿਆ, ਤੁਸੀਂ ਕਰੋੜਾਂ ਰੁਪਈਆ ਖਰਚ ਕਰ ਦਿੱਤਾ, ਲੇਕਿਨ ਪੰਜਾਬ ਆ ਕੇ ਉਹਦੀ ਆਊਟਕਮ ਕੀ ਨਿਕਲੀ? ਕੀ ਤਬਦੀਲੀ ਸਾਡੇ ਐਜੂਕੇਸ਼ਨ ਮਾਡਲ ਚ ਲਿਆਂਦੀ ਤੁਸੀਂ? ਕੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਨੂੰ ਨਵੀਂ ਲੀਹਾਂ ਤੇ ਤੁਸੀਂ ਪਾ ਦਿੱਤਾ? ਉਹਦਾ ਆਊਟਕਮ ਕੀ ਹੋਇਆ? ਉਹਦੀ ਕੋਈ ਰਿਪੋਰਟ ਨਹੀਂ ਕਿਸੇ ਨੇ ਲਈ। ਸਿਰਫ ਗੱਲਾਂ ਦੇ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਣੀ, ਸਿਰਫ ਗੱਲਾਂ ਦੇ ਨਾਲ ਇਹ ਸਿੱਖਿਆ ਮਾਡਲ ਨਹੀਂ ਬਣਦਾ। ਸਿਰਫ ਮੂੰਹ ਚੱਕ ਕੇ ਕੇਂਦਰ ਸਰਕਾਰ ਤੇ ਜਾਂ ਮਾਣਯੋਗ ਰਾਜਪਾਲ ਤੇ ਇਲਜ਼ਾਮ ਲਗਾ ਦੇਣ ਦੇ ਨਾਲ ਤੁਹਾਨੂੰ ਕਲੀਨ ਚਿੱਟ ਨਹੀਂ ਮਿਲੇਗੀ। ਸੋ ਬੇਨਤੀ ਇਹੀ ਹੈ ਕਿ ਮਾਣਯੋਗ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ, ਇਸ ਵਿਸ਼ੇ ਦੀ ਜਾਂਚ ਹੋਵੇ, ਇਸ ਵਿਸ਼ੇ ਤੇ ਬਕਾਇਦਾ ਕਮੇਟੀ ਬਿਠਾਈ ਜਾਵੇ ਕਿ ਉਹਨਾਂ ਸਾਡੇ ਐਸਸੀ ਭਾਈਚਾਰੇ ਦੇ ਵਿਦਿਆਰਥੀਆਂ ਦਾ ਪੈਸਾ ਕਿੰਨੇ ਖਾਧਾ, ਕਿਹੜੇ ਮੰਤਰੀਆਂ ਦੀਆਂ ਕਿਹੜੇ ਅਧਿਕਾਰੀਆਂ ਦੀਆਂ ਜੇਬਾਂ ਦੇ ਵਿੱਚ ਉਹ ਪੈਸਾ ਗਿਆ, ਉਹ ਪੈਸਾ ਕਢਵਾਇਆ ਜਾਵੇ ਤੇ ਜਿਹੜਾ ਕੇਂਦਰ ਸਰਕਾਰ ਤੋਂ ਹਲੀਮੀ ਦੇ ਨਾਲ ਉਹ ਪੈਸਾ ਹੋਰ ਲਿਆ ਜਾਵੇ, ਜਿਹੜੇ ਉਹਨਾਂ ਨੇ ਪੈਸਾ ਆਪਦਾ ਹਿੱਸਾ ਰੋਕਿਆ ਹੋਇਆ ਤੁਹਾਡੀ ਸਰਕਾਰ ਦੀਆਂ ਅਣਗਹਿਲੀਆਂ ਤੇ ਨਿਕੰਮੇਪਣ ਦੇ ਕਾਰਨ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਮਸਲੇ ਨੂੰ ਜਲਦੀ ਹੱਲ ਕਰੋਗੇ, ਸਾਡੇ ਐਸੀ ਭਾਈਚਾਰੇ ਦੇ ਵਿਦਿਆਰਥੀਆਂ ਦਾ ਜਿਹੜਾ ਭਵਿੱਖ ਹੈ ਉਹਨੂੰ ਹਨੇਰੇ ਚ ਨਹੀਂ ਰੋਲੋਗੇ। ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ। ਨਮਸਕਾਰ, ਸਤਿ ਸ੍ਰੀ ਅਕਾਲ।